ਜੇਕਰ ਤੁਹਾਡੇ ਕੋਲ ਵੀ ਹੈ ਇਲੈਕਟ੍ਰੋਨਿਕ ਸਕੂਟਰੀ ਤਾਂ ਇਹ ਖਬਰ ਤੁਹਾਡੇ ਲਈ ਹੈ। ਸੰਗਰੂਰ ਵਿੱਚ ਘਰ ਵਿੱਚ ਖੜੀ ਸਕੂਟਰੀ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸੰਗਰੂਰ ਦੇ ਬਡਰੁੱਖਾਂ ਪਿੰਡ ਦੀ ਹੈ, ਜਿੱਥੇ ਕਿ ਇਲੈਕਟ੍ਰੋਨਿਕ ਸਕੂਟਰੀ ਨੂੰ ਅਚਾਨਕ ਹੀ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਅੱਗ ਨੇ ਘਰ ਦਾ ਹੋਰ ਸਮਾਨ ਵੀ ਆਪਣੀ ਚਪੇਟ ਵਿੱਚ ਲੈ ਲਿਆ। ਅੱਗ ਨੂੰ ਕਾਬੂ ਪਾਉਣ ਦੇ ਲਈ ਪਿੰਡ ਵਾਲਿਆਂ ਨੇ ਮਿੱਟੀ ਪਾਈ ਅਤੇ ਸਕੂਟਰੀ ਦੀ ਅੱਗ ਬੁਝਾਈ। ਹੁਣ ਸਕੂਟਰੀ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਬੇਹੱਦ ਹੀ ਗਰੀਬ ਹਨ ਅਤੇ 2 ਮਹੀਨੇ ਪਹਿਲਾਂ ਹੀ ਉਹਨਾਂ ਇਹ ਨਵੀਂ ਸਕੂਟਰੀ ਖਰੀਦੀ ਸੀ, ਪਰ ਘਰ ਵਿੱਚ ਖੜੀ ਨੂੰ ਹੀ ਅਚਾਨਕ ਅੱਗ ਲੱਗ ਗਈ। ਉਹਨਾਂ ਮੰਗ ਕੀਤੀ ਹੈ ਕਿ ਏਜੰਸੀ ਵੱਲੋਂ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਰਣਜੀਤ ਸਿੰਘ ਨਾਮ ਆ ਜੀ, ਪਿੰਡ ਮੇਰਾ ਬਡਰੁੱਖਾ ਜੀ। ਰਾਤ ਦੇ 11:45 ਇਹ ਸਕੂਟਰੀ ਨੂੰ ਅੱਗ ਲੱਗ ਗਈ ਜੀ, ਖੜੀ ਤੀ। ਮੇਰਾ ਬੇਟਾ ਦੁਕਾਨ 'ਤੇ ਲੱਗਿਆ ਹੋਇਆ, ਉਹ ਦੁਕਾਨਦਾਰ ਨੇ ਮੇਰੇ ਬੇਟੇ ਨੂੰ ਲੈ ਕੇ ਦੇ ਤੀ ਵੀ ਆਊ ਜਾਊ। ਇਹ ਰਾਤ ਨੂੰ ਜਦੋਂ ਅੱਗ ਲੱਗ ਗਈ ਜੀ, ਅਸੀਂ ਸਾਰਾ ਵਿਹੜਾ ਇਕੱਠਾ ਹੋ ਕੇ ਭਜਾਉਣ ਲੱਗ ਗਏ, ਅੱਗ ਬੁਝੀ ਨਹੀਂ ਹੈਗੀ ਜੀ। ਸਾਥੋਂ ਇੱਕ ਕੱਪੜੇ ਧੋਣ ਵਾਲੀ ਮਸ਼ੀਨ ਤੀ ਕੋਲੇ, ਉਹਨੂੰ ਵੀ ਅੱਗ ਲੱਗ ਗਈ ਜੀ। ਅੱਗ ਲੱਗਣ ਦਾ ਕਾਰਨ ਕੀ ਦੇਖਦੇ ਹੋ? ਕੋਈ ਅੱਗ ਲੱਗਣ ਦਾ ਕਾਰਨ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ। ਜਦੋਂ ਖੜੀ ਹੈ ਅਸੀਂ ਪਏ ਹਾਂ ਅੰਦਰ, ਸਾਨੂੰ ਵਿੜਕ ਆਈ ਘਰਦਿਆਂ ਨੂੰ ਵੀ ਆਪਣੇ ਕਾਸੇ ਨੂੰ ਬਾਹਰ ਅੱਗ ਲੱਗ ਰਹੀ ਹੈ। ਅਸੀਂ ਬਾਹਰ ਨਿਕਲੇ ਜਦੋਂ ਦੇਖਿਆ ਵੀ ਸਕੂਟਰੀ ਨੂੰ ਅੱਗ ਲੱਗ ਰਹੀ ਹੈ। ਇਹ ਸਕੂਟਰੀ ਕਾਰਨ ਸਾਡੀ ਮਸ਼ੀਨ ਨੂੰ ਵੀ ਅੱਗ ਲੱਗ ਗਈ, ਕੱਪੜੇ ਦੇ ਜਿਹੜੇ ਉਹਦੇ ਵਿੱਚ ਪਾਏ ਹੋਏ ਪਾਉਣ ਵਾਲੇ ਉਹਨਾਂ ਨੂੰ ਵੀ ਅੱਗ ਲੱਗ ਗਈ। ਹੋਰ ਵੀ ਸਾਡਾ ਕੋਈ ਹਾਸਤਾ ਹੋ ਸਕਦਾ ਸੀ ਜੇ ਗੁਆਂਢੀ ਨਾ ਇਕੱਠੇ ਹੁੰਦੇ ਨਾ ਬੁਝਦੀ। ਲੋਕਾਂ ਨੇ ਕਿੰਨੇ ਲੋਕਾਂ ਨੇ ਬੁਝਾਈ? ਲੋਕ ਘੱਟੋ ਘੱਟ ਜੀ 20-30 ਬੰਦੇ ਤੇ। ਅਸੀਂ ਮਿੱਟੀ ਪਾਈ ਹੈ ਜੀ, ਤੇ ਪਾਣੀ ਤਾਂ ਜੀ ਇੱਧਰ ਮੋਟਰ ਸੀਗੀ ਉਹ ਸਾਨੂੰ ਚਲਾਉਣੀ ਮਿਲੀ ਨਹੀਂ, ਅੱਗ ਬਾਹਲੀ ਤੇਜ਼ ਤੀ। ਹਾਂਜੀ, ਮੋਟਰ ਨੂੰ ਵੀ ਸਟਾਰਟਰ ਨੂੰ ਵੀ ਅੱਗ ਲੱਗ ਗਈ ਹੈ। ਸਾਰਾ ਘਰ ਕਾਲਾ ਹੋਇਆ ਪਿਆ ਜੀ, ਸਾਡੇ ਅੰਦਰ ਜਾਣ ਨੂੰ ਵੀ ਐਂ ਸੀ ਵੀ ਅੰਦਰ ਜਾਊ ਅੱਗ। ਅਸਲ ਬੈਟਰੀਆਂ ਕਰਕੇ ਦੇਖਦੇ ਵੀ ਬੈਟਰੀਆਂ ਕਰਕੇ ਸ਼ਾਰਟ ਸਰਕਟ। ਹਾਂਜੀ, ਸਾਨੂੰ ਐਂ ਹੋਇਆ ਸ਼ੱਕ ਲੱਗਦੀ ਵੀ ਬੈਟਰੀਆਂ ਕਰਕੇ ਸ਼ਾਰਟ ਹੋਈ ਹੈ। ਇਹਨੂੰ 2 ਮਹੀਨੇ ਹੋਏ ਨੇ ਜੀ, ਦੁਕਾਨਦਾਰ ਨੇ ਦਵਾਈ ਤੀ ਵੀ ਚੱਲ ਬੇਟਾ ਆ ਜਾਂਦਾ ਵਗ ਜਾਂਦਾ, ਇਸ ਤਰ੍ਹਾਂ ਕਰਕੇ ਗਰੀਬ ਬੰਦੇ ਆ ਜੀ ਅਸੀਂ, ਮਜ਼ਦੂਰ ਬੰਦੇ ਆ। 2 ਮਹੀਨੇ ਦੀ ਚੱਲ ਰਹੀ ਹੈ, ਕੋਈ ਪ੍ਰੋਬਲਮ? 2 ਮਹੀਨੇ ਦੀ ਚੱਲ ਰਹੀ ਆ, ਕੋਈ ਪ੍ਰੋਬਲਮ ਨਹੀਂ ਆਈ, ਉਹ ਦੇਰ ਰਾਤ ਨੂੰ ਪ੍ਰੋਬਲਮ ਆਈ ਇਹਨੂੰ। ਅੱਛਾ, ਤੁਸੀਂ ਹੁਣ ਕੰਪਨੀ ਨਾਲ ਗੱਲਬਾਤ ਕੀਤੀ ਹੈ ਜਿੱਥੇ ਵੀ ਇਹ ਹੈਗੀ? ਕੰਪਨੀ ਵਾਲੇ ਜੀ ਇਹਨੇ ਕਰੀ ਤੀ ਆਪਣਾ ਹੈਪੀ ਨੇ ਦਵਾਈ ਤੀ, ਇਹਨੇ ਗੱਲਬਾਤ ਕਰੀ ਤੀ, ਉਹ ਜਵਾਬ ਦੇ ਗਏ ਜੀ ਸਰੇ ਆਮ, ਕਹਿੰਦੇ ਸਾਡਾ ਕੋਈ ਉਹ ਨਹੀਂ ਇਹਦੇ 'ਚ। ਕੀ ਕਹਿੰਦੇ? ਕਹਿੰਦੇ ਅਸੀਂ ਕੁਛ ਨਹੀਂ ਇਹਦਾ ਮੁਆਵਜ਼ਾ ਦੇ ਸਕਦੇ। ਹਾਂਜੀ, ਤੁਸੀਂ ਕੰਮ ਕੀ ਕਰਦੇ? ਅਸੀਂ ਦਿਹਾੜੀ ਕਰਦੇ ਹਾਂ ਜੀ, ਮਜ਼ਦੂਰ ਬੰਦੇ ਹਾਂ। ਹੁਣ ਕੀ ਚਾਹੁੰਦੇ ਹੋ ਤੁਸੀਂ? ਇਹਦਾ ਸਾਨੂੰ ਕੁਛ ਨਾ ਕੁਛ ਮਿਲਣਾ ਚਾਹੀਦਾ ਜੀ, ਅਸਾਂ ਸਾਰਾ ਉਹੀ ਮਿਲਣਾ ਚਾਹੀਦਾ ਸਾਨੂੰ। ਕੰਪਨੀ ਜ਼ਿੰਮੇਵਾਰ? ਕੰਪਨੀ ਜ਼ਿੰਮੇਵਾਰ ਹੋਣੀ ਚਾਹੀਦੀ ਚੀਜ਼ ਦੀ। ਪਤਾ ਨਹੀਂ ਜੀ ਕਿਵੇਂ ਹੋਇਆ ਕਿਵੇਂ ਨਾ ਹੋਇਆ, ਬਸ ਜਦੋਂ ਮੈਨੂੰ ਜਾਗ ਆਈ ਮੈਂ ਦੇਖੀ ਇਹਨੂੰ ਅੱਗ ਲੱਗ ਰਹੀ। ਮੈਂ ਉਹਦੀ ਮਾਂ ਦੇ ਮੁੰਡੇ ਨੂੰ ਆਖਿਆ, ਮੈਂ ਕਿਹਾ ਪੁੱਤ ਅੱਗ ਲੱਗ ਰਹੀ ਆ ਕਾਸੇ ਨੂੰ। ਉਹਨੇ ਉਹਦੀ ਉੱਠ ਕੇ ਦੇਖਿਆ ਜਦੋਂ, ਕਹਿੰਦਾ ਮੰਮੀ ਕਹਿੰਦਾ ਸਕੂਟਰੀ ਨੂੰ ਅੱਗ ਲੱਗ ਰਹੀ ਹੈ। ਹਾਂ, ਉਹਦੇ ਅਸੀਂ ਸਾਰੇ ਉੱਠ ਕੇ ਬੁਝਾਉਣ ਲੱਗ ਗਏ। ਬਸ ਆਹ ਗੱਲ ਹੋਈ, ਆਹ ਬਾਤ ਹੋਈ ਹੈ। ਘਬਰ ਗਏ ਉਸ ਟਾਈਮ ਪੂਰਾ? ਹਾਂ ਜੀ, ਪੂਰਾ ਘਬਰ ਗਏ ਸੀ ਵੀ ਆਹ ਕੀ ਬਣ ਗਿਆ, ਕੀ ਬਣਿਆ ਇਹ, ਵੀ ਕਾਸ ਨੇ ਅੱਗ ਲੱਗ ਗਈ, ਕਿਵੇਂ ਲੱਗੀ, ਕੋਲੇ ਸੌਂਗਾ ਸਾਡੇ ਆਹ ਵੀ ਨੁਕਸਾਨ ਹੋਇਆ, ਮੋਟਰਸਾਈਕਲ ਖਿੱਚਿਆ ਇੱਥੇ ਨਵਾਂ ਮੋਟਰਸਾਈਕਲ ਦੀ ਆਹ ਸਾਰੀ ਮੱਚ ਗਈ ਤਾਰਾਂ ਤੂਰਾਂ ਜੀਆਂ, ਕੱਪੜੇ ਧੋਣ ਵਾਲੀ ਆ, ਜਵਾਕਾਂ ਦੇ ਨਵੇਂ ਵਿਆਹ ਹੋਏ ਤੇ ਨਵੇਂ ਸੂਟ ਤੇ ਪਾਏ ਹੋਏ ਮਸ਼ੀਨ 'ਚ, ਉਹ ਸਾਰੇ ਮੱਚ ਗਏ, ਹਰ ਕੇ ਅਸੀਂ ਮਚਾਏ ਅੱਡ। ਖੁਸ਼ੀ ਬਥੇਰੀ ਤੀ ਵੀ ਹੁਣ ਅੱਗ ਲੱਗ ਗਈ, ਜਦੋਂ ਐਂ ਹੋ ਗਿਆ ਵੀ ਇਹਨੂੰ ਅੱਗ ਕਿਵੇਂ ਲੱਗੀ ਮੋਟਰ ਸਕੂਟਰੀ ਨੂੰ, ਨਵੀਂ ਨੂੰ, ਪੁਰਾਣੀ ਹੋਵੇ ਆਪਾਂ ਕਹਿ ਦਈਏ
ਜਿਹੜਾ ਨੁਕਸਾਨ ਹੋਏ ਨੁਕਸਾਨ ਤਾਂ ਦੇਖੋ ਮਿਲਣਾ ਚਾਹੀਦਾ ਜੀ। ਇਹ ਵੀ ਗਰੀਬ ਬੰਦੇ ਨੇ ਜੀ, ਚਲੋ ਮੈਂ ਮੁੰਡਾ ਮਤਲਬ ਕੰਮ ਕਰਦਾ ਹੈਗਾ, ਮੈਂ ਉਹਨੂੰ ਲੈ ਕੇ ਦਿੱਤੀ ਸਕੂਟਰੀ ਵੀ, ਚੱਲ ਕੋਈ ਗੱਲ ਨਹੀਂ ਵੀ ਥੋੜ੍ਹੇ ਥੋੜ੍ਹੇ ਕਰਕੇ ਮੈਨੂੰ ਪੈਸੇ ਕਟਵਾਈ ਚੱਲੀ, ਠੀਕ ਹੈ ਨਾ ਜੀ, ਵੀ ਉਹਨੂੰ ਮੈਂ ਸਕੂਟਰੀ ਦਵਾਈ ਸੀ ਜੀ ਇਹ, ਅਤੇ ਹੁਣ ਆਪਾਂ ਇਹ ਚਾਹੁੰਦੇ ਵੀ ਦੇਖੋ ਉਹਦਾ ਵੀ ਗਰੀਬ ਦਾ ਕੋਈ ਨੁਕਸਾਨ ਨਾ ਹੋਵੇ ਜੀ, ਆਪਾਂ ਨੂੰ ਇਹਦਾ ਜਦੋਂ ਵੀ ਮਾਮ ਜਾ ਕੇ ਇਹਨਾਂ ਨੂੰ ਦਵਾਇਆ ਜਾਵੇ। ਕਿੰਨਾ ਸਮਾਂ ਹੋ ਗਿਆ ਸਕੂਟਰੀ ਨਵੀਂ ਲਈ? ਸਕੂਟਰੀ 2 ਮਹੀਨੇ ਹੋ ਗਈ ਜੀ, ਅੱਜ ਪੂਰੇ 15 ਤਰੀਕ ਨੂੰ ਲਈ ਸੀ ਜੀ। ਅੱਛਾ, ਤੁਸੀਂ ਬਿੱਲ ਬੁੱਲ ਸਾਰਾ ਕੁਝ ਤੁਹਾਡੇ ਕੋਲੇ? ਹਾਂਜੀ ਹਾਂ, ਬਿੱਲ ਮੇਰੇ ਲਵੇ ਹੈ ਜੀ। ਕੰਪਨੀਆਂ ਨਾਲ ਕੀ ਗੱਲਬਾਤ ਕੀਤੀ ਤੁਸੀਂ? ਕੰਪਨੀਆਂ ਨਾਲ ਗੱਲਬਾਤ ਕੀਤੀ ਸੀ ਜੀ ਫੋਨ 'ਤੇ, ਉਹ ਕਹਿੰਦੇ ਇਹਦੇ ਵਿੱਚ ਸਾਡਾ ਕੋਈ ਉਹ ਨਹੀਂ ਹੈਗਾ, ਅਸੀਂ ਕੁਛ ਨਹੀਂ ਇਹਦੇ ਦੇਣ ਦਾ ਰਹੇਗੇ। ਤਾਂ ਹੁਣ ਤੁਸੀਂ ਮੁਆਵਜ਼ਾ ਮੰਗ ਰਹੇ ਹੋ ਕੰਪਨੀ ਤੋਂ? ਹਾਂਜੀ, ਹੁਣ ਸਾਨੂੰ ਕੰਪਨੀ ਤੋਂ ਮੁਆਵਜ਼ਾ ਦਵਾਇਆ ਜਾਵੇ ਜੀ, ਵੀ ਇਹ ਵੀ ਬੰਦੇ ਦਿਹਾੜੀ ਦੱਪੇ ਵਾਲੇ ਨੇ ਜੀ, ਇਹਨਾਂ ਨੂੰ ਵੀ ਜ਼ਰੂਰਤ ਆ ਸਭ ਕਾਸੇ।